ਨੌਵਲ ਰੋਲੇ ਦੀ ਜੂਨ ਅੰਗ 10ਵਾਂ ਮਾਧੋਵਾਲ ਪਿੰਡ ਦੇ ਵਿਚਾਲੇ ਇੱਕ ਬਹੁਤ ਹੀ ਪੁਰਾਣਾ ਵੱਡਾ ਸਾਰਾ ਬੋਰਡ ਸੀ ਬੋਰਡ ਦੇ ਆਲੇ ਦੁਆਲੇ ਇੱਟਾਂ ਦਾ ਇੱਕ ਕਾਫੀ ਵੱਡਾ ਥੜਾ ਬਣਿਆ ਹੋਇਆ ਸੀ ਗਰਮੀਆਂ ਦੇ ਦਿਨੀ ਦੁਪਹਿਰ ਨੂੰ ਲੋਕੀ ਇਸ ਬੋਰਡ ਥਲੇ ਤਾਸ਼ ਖੇਡਦੇ ਬੱਚੇ ਬੋਰਡ ਤੇ ਚੜ ਚੜ ਕੇ ਡੰਡਾ ਡੁੱਕ ਖੇਡਦੇ ਖਾਸ ਕਰਕੇ ਜੇ ਦੁਪਹਿਰ ਨੂੰ ਬਿਜਲੀ ਚਲੀ ਜਾਵੇ ਤਾਂ ਲੋਕ ਘਰਾਂ ਚੋਂ ਨਿਕਲ ਕੇ ਦੁਬਾਰਾ ਕੱਟਣ ਬੋਰਡ ਥਲੇ ਆ ਜਾਂਦੇ ਕਿਸੇ ਲੀਡਰ ਨੇ ਪਿੰਡ ਆਉਣਾ ਹੋਵੇ ਪਿੰਡ ਦੇ ਕਿਸੇ ਸਾਂਝੇ ਮਸਲੇ ਤੇ ਵਿਚਾਰ ਕਰਨੀ ਹੋਵੇ ਜਾਂ ਕੋਈ ਲੜਾਈ ਝਗੜਾ ਨਿਪਟਾਉਣਾ ਹੋਵੇ ਤਾਂ ਪੰਚਾਇਤ ਇਸ ਥੜੇ ਤੇ ਜੁੜਦੀ ਸੀ ਪਿੰਡ 'ਚ ਜੇ ਕਿਸੇ ਮਸਲੇ ਸੰਬੰਧੀ ਪੰਚਾਇਤ ਹੋਣੀ ਹੋਵੇ ਤਾਂ ਚੌਕੀਦਾਰ ਸਬੰਧਤ ਤਰ੍ਹਾਂ ਤੇ ਪੰਚਾਂ ਦੇ ਘਰ ਹੀ ਉੱਚੇ-ਚੇ ਸੱਦੇ ਦੇ ਕੇ ਜਾਂਦਾ ਵੀ ਫਲਾਣੇ ਟਾਈਮ ਥੜੇ ਤੇ ਪਹੁੰਚ ਜਾਏ ਉਹ ਭਾਵੇਂ ਕਿ ਦੀਪੇ ਨੂੰ ਸਰਪੰਚ ਨੇ ਦੱਸ ਦਿੱਤਾ ਅਸੀਂ ਵੀ ਸੋਮਵਾਰ ਨੂੰ ਪੰਚਾਇਤ ਹੋਣੀ ਹੈ ਫਿਰ ਵੀ ਰਵਾਇਤ ਅਨੁਸਾਰ ਸਵੇਰੇ 6 ਵਜੇ ਪਿੰਡ ਦਾ ਚੌਕੀਦਾਰ ਨਿਮਾ ਸੁਨੇਹਾ ਦੇ ਗਿਆ 7:08 ਵਜੇ ਦੀਪੇ ਤੇ ਪਾਲਾ ਥੜੇ ਤੇ ਪਹੁੰਚੇ ਕਾਫੀ ਲੋਕ ਇਕੱਠੇ ਹੋ ਚੁੱਕੇ ਸੀ ਕਿਉਂਕਿ ਮੁਜ਼ਰਮਾਨ ਚ ਦੋ ਬੰਦੇ ਮਜਬੀਆਂ ਦੇ ਵੇੜੇ ਨਾਲ ਸੰਬੰਧਤ ਸਨ ਇਸ ਲਈ ਤਕਰੀਬਨ ਸਾਰਾ ਹੀ ਵੇੜਾ ਪੰਚਾਇਤ ਚ ਢੁੱਕਾ ਹੋਇਆ ਸੀ ਭੌਂਕਾ ਹੱਥ ਤੇ ਮੋਟੀ ਜੀ ਪੱਟੀ ਬੰਨੀ ਆਪਣੇ ਬਾਪੂ ਬੰਤਾ ਸਿੰਘ ਦੇ ਕੋਲ ਨਿੰਮੋ ਝੂਣਾ ਜਿਹਾ ਹੋ ਕੇ ਬੈਠਾ ਸੀ ਬੰਤਾ ਸਿੰਘ ਦੇ ਚਿਹਰੇ ਤੇ ਨਮੋਸ਼ੀ ਤੇ ਚਿੰਤਾ ਦੇ ਰਲੇ ਮਿਲੇ ਭਾਵ ਸਨ ਦੂਜੇ ਦੋਵੇਂ ਮੁਜ਼ਰਮ ਵੀ ਆਪੋ ਆਪਣੇ ਘਰਦਿਆਂ ਨਾਲ ਬੈਠੇ ਸਨ ਦੀਪੇ ਨੇ ਸਾਰੀ ਪੰਚਾਇਤ ਨੂੰ ਹੱਥ ਜੋੜ ਕੇ ਸੱਸੀਖਾਲ ਬੁਲਾਈ ਤੇ ਫਿਰ ਉਹ ਉਹ ਤੇ ਪਾਲਾ ਪਾਸੇ ਹੋ ਕੇ ਖੜ ਗਏ ਦਸੌਂਦਾ ਸਿੰਘ ਨੇ ਗੱਲ ਸ਼ੁਰੂ ਕਰਦਿਆਂ ਕਿਹਾ ਵੀ ਦੇਬੂ ਬੱਲੂ ਤੇ ਭੌਂਕਾ ਉੱਠ ਕੇ ਪੰਚਾਂ ਦੇ ਸਾਹਮਣੇ ਬੈਠ ਜਾਓ ਤਾਂ ਕਿ ਆਪਾਂ ਪੰਚਾਇਤੀ ਕਾਰਵਾਈ ਸ਼ੁਰੂ ਕਰੀਏ ਤਿੰਨੇ ਮੁਜਰਮ ਉੱਠ ਕੇ ਪੰਚਾਂ ਮੂਹਰੇ ਜਾ ਬੈਠੇ ਦਸੌਂਦਾ ਸਿੰਘ ਨੇ ਟਿਕ ਟਿਕਾ ਹੋਇਆ ਦੇਖ ਕੇ ਗੱਲ ਅੱਗੇ ਤੋਰੀ ਦੇਖੋ ਬਈ ਮੁੰਡਿਓ ਤੁਸੀਂ ਜੋ ਕੀਤਾ ਉਹ ਤਾਂ ਸਭ ਨੂੰ ਪਤਾ ਹੀ ਐ ਫਿਰ ਵੀ ਜੇ ਤੁਸੀਂ ਆਪਣੀ ਸਫਾਈ 'ਚ ਕੁਝ ਕਹਿਣਾ ਹੋਵੇ ਤਾਂ ਕਹਿ ਲੋ ਇਹ ਸੁਣ ਕੇ ਭੋਂਕਾ ਛੇਤੀ ਨਾਲ ਉੱਠ ਕੇ ਖੜਾ ਹੋ ਗਿਆ ਕਹਿਣ ਲੱਗਾ ਸਰਪੰਚ ਸਾਹਿਬ ਇਹ ਸਾਰਾ ਕੁਝ ਦੇਬੂ ਦਾ ਕੀਤਾ ਕਰਿਆ ਇਹਨੇ ਸਵੇਰੇ ਪਾਲੇ ਨੂੰ ਤਿਆਰ ਹੋਇਆ ਤੇ ਗੱਡੀ ਤੇ ਕੱਪੜੇ ਕਪੜਾ ਮਾਰ ਦੇ ਦੇਖ ਲਿਆ ਬਸ ਇੱਥੋਂ ਹੀ ਇਹਨੇ ਹਿਸਾਬ ਲਾ ਲਿਆ ਵੀ ਛੇਤੀ ਬਲੈਤੀਆ ਕਿਤੇ ਨਿਕਲਣ ਵਾਲਾ ਹੈ ਇਹਨੇ ਮੈਨੂੰ ਤੇ ਬਿੱਲੂ ਬੱਲੂ ਨੂੰ ਫੋਨ ਕਰਕੇ ਨਾਲ ਤੋਰਿਆ ਸਾਡੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਨਾ ਸਹਰਿਓ ਤੁਸੀਂ ਕੋਈ ਦੁੱਧ ਪੀਂਦੇ ਜਵਾਕ ਹੋ ਜੇ ਇਹਨੇ ਤੁਹਾਨੂੰ ਉਂਗਲ ਫੜ ਕੇ ਨਾਲ ਤੋਰ ਲਿਆ ਕੱਲ ਨੂੰ ਇਹ ਕਹੂ ਵੀ ਚਲੋ ਖੋਚ ਛਾਲ ਮਾਰ ਦਿਆਂ ਮਾਰ ਦੋਂਗੇ ਕੰਜਰੋ ਚੁੱਕਿਆ ਹੋਇਆ ਸਫਾਈ ਦਾ ਦਸਾਂਦਾ ਸਿੰਘ ਨੇ ਭਾਂਕੇ ਨੂੰ ਝਾੜਦਾ ਨਾ ਪਹਿਲਾਂ ਇਹ ਕਿੱਡਾ ਸਾਊ ਪੁੱਤ ਆ ਪਿਛਲੇ 2 ਸਾਲਾਂ ਤੋਂ ਦੇਸੀ ਪਿਸਤੌਲ ਲਈ ਫਿਰਦਾ ਸੀ ਇਹ ਵੱਡਾ ਨਗੌਰੀ ਸਾਹ 20 ਵਾਰ ਮੈਨੂੰ ਕਹਿ ਹਟਿਆ ਸੀ ਭਈ ਕੋਈ ਮੋਟੀ ਸਾਮੀ ਹੋਈ ਤਾਂ ਦੱਸੀ ਆਪਣੇ ਕੋਲ ਹਥਿਆਰ ਹੈਗਾ ਹੁਣ ਸਾਰਾ ਪੰਡਾ ਮੇਰੇ ਸਿਰ ਪੰਨੀ ਜਾਣਦੇ ਆ ਬਲਡੌਂਗ ਜੇ ਦੇਬੂ ਨੇ ਲਾਲ ਅੱਖਾਂ ਕੱਢਦੇ ਆ ਭੋਂਕੇ ਵੱਲ ਦੇਖ ਕੇ ਕਿਹਾ ਓਏ ਮੁੰਡਿਓ ਸਫਾਈ ਦੇਣ ਦਾ ਮਤਲਬ ਇਹ ਨਹੀਂ ਵੀ ਤੁਸੀਂ ਇੱਕ ਦੂਜੇ ਤੇ ਦੋਸ਼ ਲਾਈ ਜੋ ਸਫਾਈ ਦੇਣ ਦਾ ਮਤਲਬ ਇਹ ਆ ਵੀ ਆਪਣੇ ਆਪ ਨੂੰ ਬੇਗਨਾ ਸਾਬਤ ਕਰਕੇ ਦਿਖਾਓ ਹੁਣ ਇੱਕ ਦੂਜੇ ਵੱਲ ਨੂੰ ਆਨੇ ਕੱਢ ਕੱਢ ਕੇ ਝਾਕਣਾ ਬੰਦ ਕਰੋ ਤੇ ਚੁੱਪ ਕਰਕੇ ਮੰਨ ਲਓ ਵੀ ਤੁਸੀਂ ਇਹ ਗੁਨਾਹ ਕੀਤਾ ਹੈ ਸਰਪੰਚ ਨੇ ਫਿਰ ਦਬਕਾ ਮਾਰਿਆ ਉਹ ਇੱਕ ਕੰਜਰੋ ਆਪਣੀ ਕੀਤੀ ਤੇ ਪਰਦੇ ਪਾਉਣ ਨਾਲੋਂ ਮਾਫੀ ਮੰਗ ਮਰ ਲਓ ਕਿੱਦਾਂ ਦੀਆਂ ਗੰਦੀਆਂ ਔਲਾਦਾਂ ਜੰਮੀਆਂ ਸਾਡੇ ਘਰੇ ਚਲੋ ਉઠੋ ਬੰਦੇ ਬਣ ਕੇ ਮੰਗੋ ਮਾਫੀ ਪੰਚਾਇਤ ਕੋਲੋਂ ਨਾਲੇ ਵਿਲੈਤੀਏ ਕੋਲੋਂ ਪਾਲਾ ਤਾਂ ਚਲ ਘਰ ਦਾ ਬੰਦਾ ਐ ਇਸ ਨਾਲ ਤਾਂ ਆਪਾਂ ਘਰ ਬਹਿ ਕੇ ਵੀ ਨਿਬੜ ਲਾਂਗੇ ਬੰਤਾ ਸਿੰਘ ਨੇ ਮੁੰਡਿਆਂ ਨੂੰ ਘੋਰੀਆ ਬੁੱਲੇ ਤੇਰੇ ਤਾਇਆ ਸ਼ਾਬਾਸ਼ੀ ਗੋਲੀ ਮੇਰੇ ਤੇ ਚੱਲੀ ਤਾਂ ਬੁਸ਼ਰ ਜੈ ਨੇ ਦਾਤਰ ਵੀ ਮੇਰੀ ਕੰਢੀ ਤੇ ਟਕਾਇਆ ਹੁਣ ਮੇਰੇ ਨਾਲ ਹੀ ਘਰ ਮੁਕਾ ਮੁੱਖ ਮੁਕਾ ਕਰਨਾ ਤੁਸੀਂ ਪਾਲੇ ਨੇ ਬੰਤਾ ਸਿੰਘ ਵੱਲ ਦੇਖਦੇ ਹਰਖ ਨਾਲ ਗਿਆ ਉਹ ਪਾਲੇ ਪੁੱਤਰਾ ਇਹ ਤੇਰਾ ਭਰਾਇਆ ਆਪਣੀ ਕੀਤੀ ਦਾ ਫਲ ਵੀ ਭੋਗ ਤੰਡਿਆ ਆ ਵੇਖ ਕਿਵੇਂ ਟੁੰਡਾ ਹੋ ਕੇ ਬਹਿ ਗਿਆ ਬਾਕੀ ਪੁੱਤੂ ਆਪਸੀ ਆਣਾ ਹੈ ਬੰਤਾ ਸਿੰਘ ਨੇ ਅੱਖਾਂ 'ਚ ਤਰਲਾ ਜਿਹਾ ਭਰਦਿਆਂ ਕਿਹਾ ਇਹ ਸੁਣ ਕੇ ਪਾਲਾ ਕੁਝ ਬੋਲਣ ਹੀ ਲੱਗਾ ਸੀ ਦੀਪੇ ਨੇ ਉਹਦਾ ਮੋਢਾ ਦਬਤਾਂ ਅੱਖਾਂ ਹੀ ਅੱਖਾਂ ਨਾਲ ਉਹਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਬਈ ਭਰਾ ਭਤੀਜੇ ਘਰ 'ਚ ਹੋਣਗੇ ਪੰਚਾਇਤ 'ਚ ਦੋ ਧਿਰਾਂ ਨੇ ਹੁਣ ਜ ਕਹਿਣ ਨੂੰ ਤਾਂ ਮੇਰਾ ਵੀ ਭਤੀਜਾ ਹੀ ਲੱਗਦਾ ਹੈ ਜੇ ਹੁਣ ਇਦਾਂ ਆਪਣੇ ਟੱਬਰ ਦੇ ਗੁਨਾਹਾਂ ਤੇ ਪੜਦੇ ਪਾਵਾਂਗੇ ਤਾਂ ਬਗਾਨਿਆਂ ਨੂੰ ਕਿੱਦਾਂ ਰੋਕਾਂਗੇ ਭਾਈ ਇਸ ਲਈ ਬੰਤਾ ਸਿੰਘ ਵਾਲੀ ਘਰ ਵਾਲੀ ਗੱਲ ਘਰ ਚ ਹੀ ਰਹਿਣ ਦੇ ਸਰਪੰਚ ਨੇ ਬੰਤਾ ਸਿੰਘ ਨੂੰ ਖੜੀ ਸੁਣਾਤੀ ਹਾਂਜੀ ਮਾਈ ਬਾਪ ਸਾਡੇ ਕੋਲੋਂ ਗਲਤੀ ਹੋ ਗਈ ਸਾਨੂੰ ਛੱਡ ਦਿਓ ਅਸੀਂ ਮੁੜ ਕੇ ਕਦੇ ਇਹੋ ਜਿਹਾ ਕੰਮ ਨਹੀਂ ਕਰਦੇ ਬੱਲੂ ਜੋ ਹੁਣ ਤੱਕ ਚੁੱਪ ਬੈਠਾ ਸੀ ਉਹਨੇ ਆਪਣੀ ਚੁੱਪ ਤੋੜਦਿਆਂ ਕਿਹਾ ਦੇਖੋ ਵੀ ਇਹ ਤਾਂ ਪੱਕਾ ਹੋ ਗਿਆ ਵੀ ਗੁਨਾਹ ਤੁਸੀਂ ਕੀਤਾ ਹੈ ਹੁਣ ਪੰਚਾਇਤ ਤੁਹਾਨੂੰ ਜੋ ਸਜ਼ਾ ਲਾਉਗੀ ਉਹ ਤੁਹਾਨੂੰ ਮੰਨਣੀ ਪਊ ਨਹੀਂ ਤਾਂ ਫਿਰ ਮੈਂ ਦੀਪੇ ਤੇ ਪਾਲੇ ਨਾਲ ਆਪ ਜਾ ਕੇ ਸ਼ਹਿਰ ਰਿਪੋਰਟ ਲਿਖਾ ਕੇ ਆਉਂ ਹੁਣ ਦੱਸ ਦਿਓ ਵੀ ਮਨਜ਼ੂਰ ਆ ਜਾਂ ਨਹੀਂ ਸਰਪੰਚ ਨੇ ਸੌ ਦੀਕ ਸੁਣਾਤੀ सरपंच साहब ਤੁਸੀਂ ਜੋ ਵੀ ਫੈਸਲਾ ਕਰੋਗੇ ਸਾਨੂੰ ਮਨਜ਼ੂਰ ਆ ਕਹੋ ਏ ਮੁੰਡਿਓ ਵੀ ਤੁਹਾਨੂੰ ਮਨਜ਼ੂਰ ਆ ਫੈਸਲਾ ਨਹੀਂ ਤਾਂ ਸਹਰੇ ਉਹ ਫੌਜਦਾਰੀ ਦਾ ਕੇਸ ਬੜਨਾ ਹੈ ਪੈਸੇ ਤਾਂ ਲੱਗਣੇ ਹੀ ਲੱਗਣੇ ਆ ਪੁਲਿਸ ਵਾਲਿਆਂ ਨੇ ਘੋਟਣਾ ਵਾਧੂ ਲਾਉਣਾ ਬੱਲੂ ਦੇ ਬਾਬੇ ਜਾਗਰ ਨੇ ਮੁੰਡਿਆਂ ਵੱਲ ਨੂੰ ਡੇਲੇ ਕੱਢਦੇ ਆ ਕਿਹਾ ਜੀ ਸਰਪੰਚ ਸਾਹਿਬ ਪੰਚਾਇਤ ਜੋ ਵੀ ਸਜ਼ਾ ਲਾਵੇ ਸਾਨੂੰ ਮਨਜ਼ੂਰ ਆ ਭੋਂਕੇ ਨੇ ਦੇਬੂ ਤੇ ਬੱਲੂ ਵੱਲ ਦੇਖਦੇ ਆ ਕਹਿਤਾ ਦੇਬੂ ਤੇ ਬੱਲੂ ਨੇ ਵੀ ਸਿਰ ਹਿਲਾ ਕੇ ਹਾਮੀ ਭਰਤੀ ਇਹ ਦੇਖ ਕੇ ਸਰਪੰਚ ਸਾਰੇ ਪੰਚਾਂ ਨੂੰ ਨਾਲ ਲੈ ਕੇ ਕੱਠ ਨਾਲੋਂ 100-150 ਫੁੱਟ ਦੂਰ ਚਲਾ ਗਿਆ ਤੇ ਉਹ ਕਿੰਨਾ ਚਿਰ ਆਪੋច ਕੋ ਸਰਮੁਸਰ ਕਰਦੇ ਰਹੇ 5 ਕੁ ਮਿੰਟਾਂ ਬਾਅਦ ਸਰਪੰਚ ਨੇ ਦੀਪੇ ਤੇ ਪਾਲੇ ਨੂੰ ਵੀ ਆਵਾਜ਼ ਮਾਰੀ ਫਿਰ ਉਹ 5-7 ਮਿੰਟ ਸਲਾਹ ਕਰਦੇ ਰਹੇ ਦੂਰੋਂ ਲੱਗ ਰਿਹਾ ਸੀ ਵੀ ਪਾਲਾ ਕਿਸੇ ਗੱਲ ਤੇ ਜ਼ਿੱਦ ਕਰ ਰਿਹਾ ਫਿਰ ਦੀਪੇ ਨੇ ਪਾਲੇ ਨੂੰ ਕੁਝ ਸਮਝਾਇਆ ਉਹਨੇ ਹਾਂ ਸਿਰ ਹਿਲਾ ਦਿੱਤਾ ਫਿਰ ਹੌਲੀ-ਹੌਲੀ ਤੁਰਦੇ ਸਾਰੇ ਜਣੇ ਵਾਪਸ ਇਕੱਠੇ ਚਾਪੋ ਆਪਣੀ ਥਾਂ ਤੇ ਆ ਗਏ ਦੇਖੋ ਭਈ ਤੁਹਾਡਾ ਜੁਰਮ ਕਾਫੀ ਤਕੜਾ ਹੈ ਕੱਲੀ ਲੁੱਟ ਕੋਈ ਨਹੀਂ ਤੁਸੀਂ ਕਾਤਲ ਹਨ ਹਮਲਾ ਵੀ ਕੀਤਾ ਨਮੋਸ਼ੀ ਵਾਲੀ ਗੱਲ ਇਹ ਵੀ ਹੈ ਕਿ ਪਿੰਡ ਦੇ ਬੰਦਿਆਂ ਨੇ ਪਿੰਡ ਦੇ ਬੰਦਿਆਂ ਨੂੰ ਇਹ ਨਿਸ਼ਾਨਾ ਬਣਾਇਆ ਕਿਉਂਕਿ ਸਾਡੀ ਆਪੋ ਵਿਚਲੀ ਸਾਂਝ ਤੇ ਵੀ ਲਹਨਤ ਆ ਅਸੀਂ ਸਾਰਿਆਂ ਨੇ ਰਾਏ ਕਰਕੇ ਸਜ਼ਾ ਸੋਚੀ ਹੈ ਤੁਹਾਨੂੰ ਤੁਹਾਡੀ ਸਜ਼ਾ ਤਿੰਨ ਹਿੱਸਿਆਂ ਚ ਹੈ ਪਹਿਲਾ ਇਹ ਵੀ ਪੰਜੇ ਪੰਚਾਂ ਸਮੇਤ ਮੈਂ ਦੀਪਾ ਪਾਲਾ ਬੰਤਾ ਤੇ ਜਾਗਰ ਰਲਾ ਕੇ ਦੱਸੇ ਜਣੇ ਇੱਥੇ ਪੰਚਾਇਤ ਦੇ ਵਿੱਚ ਹੀ ਤੁਹਾਡੇ ਤਿੰਨਾਂ ਦੇ 10-10 ਛੇਤਰ ਮਾਰਾਂਗੇ। ਦੂਜੀ ਵੀ ਆਪਣੇ ਪਿੰਡ ਚ ਅੰਡਰਗਰਾਊਂਡ ਨਾਲੀਆਂ ਬਣ ਰਹੀਆਂ ਨੇ। ਵੀ ਮੇਕੀ ਪੱਤੀ ਤੋਂ ਲੈ ਕੇ ਬਾਂਮਣਾ ਵਾਲੀ ਪੱਤੀ ਤੱਕ ਪਾਈਪ ਪਾਉਣ ਵਾਲੀ ਪਾਉਣ ਲਈ ਜ਼ਮੀਨ ਪੱਟਣ ਦਾ ਕੰਮ ਦੇਬੂ ਤੇ ਬੱਲੂ ਨੂੰ ਕਰਨਾ ਪਊਗਾ। ਇਹ ਕੰਮ 5 ਦਿਨਾਂ ਦੇ ਵਿੱਚ ਵਿੱਚ ਨਿਬੇੜਨਾ ਪਊ। ਭੋਂਕੇ ਦੇ ਹੱਤੇ ਸੱਟ ਲੱਗੀ ਹੋਣ ਕਰਕੇ ਇਹ 1 ਮਹੀਨੇ ਵਾਸਤੇ ਸਵੇਰੇ ਸ਼ਾਮ ਪਿੰਡ ਦੇ ਗੁਰਦੁਆਰੇ ਚ ਜੋੜੇ ਸਾਫ਼ ਕਰੂਗਾ। ਤੀਜੀ ਸਜ਼ਾ ਦੇ ਤੌਰ ਤੇ ਤੁਹਾਨੂੰ ਨਸ਼ਾ ਛੱਡਣਾ ਪਊਗਾ ਤੁਸੀਂ ਤਿੰਨੇ ਜਣੇ ਅਗਲੇ 2 ਮਹੀਨੇ ਹਰ ਸ਼ਾਮ ਮੇਰੇ ਘਰ ਜਾਂ ਫਿਰ ਮੇਰੀ ਗੈਰ ਹਾਜ਼ਰੀ 'ਚ ਕਿਸੇ ਪੰਚ ਦੇ ਘਰ ਹਾਜ਼ਰੀ ਲਵਾਉਗੇ ਤਾਂ ਵੀ ਦੇਖਿਆ ਜਾਵੇ ਵੀ ਤੁਸੀਂ ਨਸ਼ਾ ਕੀਤਾ ਤਾਂ ਨਹੀਂ ਬਾਕੀ ਜੋ-ਜੋ ਸਜ਼ਾਵਾਂ ਤੁਹਾਨੂੰ ਲੱਗੀਆਂ ਨੇ ਜੇ ਤੁਸੀਂ ਇਹ ਪੂਰੀਆਂ ਨਹੀਂ ਕਰਦੇ ਤਾਂ ਪਾਲਾ ਤੇ ਦੀਪਾ ਸ਼ਹਿਰ ਜਾਣ ਦੇ ਹੱਕਦਾਰ ਹੋਣਗੇ ਤੇ ਪੰਚਾਇਤ ਉਹਨਾਂ ਦੇ ਹੱਕ 'ਚ ਖੜੇਗੀ ਦਸੌਂਦਾ ਸਿੰਘ ਨੇ ਕਿਸੇ ਜੱਜ ਵਾਂਗ ਫੈਸਲਾ ਸੁਣਾਇਆ ਬੋਲਣ ਤੋਂ ਬਾਅਦ ਦਸਾਉਂਦਾ ਸਿੰਘ ਤਿੰਨੇ ਮੁਜ਼ਰਮਾਂ ਵੱਲ ਦੇਖਣ ਲੱਗ ਪਿਆ ਕਿਉਂਕਿ ਬੋਲਦੇ ਐ ਇਨੇ ਚਿਰ ਨੂੰ ਜਾਗਰ ਸਿੰਘ ਉੱਠ ਕੇ ਅੱਗੇ ਆਇਆ ਤੇ ਕਹਿਣ ਲੱਗਾ ਸਰਪੰਚਾ ਇਹਨਾਂ ਵੱਲ ਕੀ ਦੇਖਦਾ ਸਜ਼ਾ ਤਾਂ ਸਜ਼ਾ ਹੈ ਕਿ ਦਾਨਾ ਭੁਗਤਣਗੇ ਚਲੋ ਹੋ ਜਾਓ ਸ਼ੁਰੂ ਇਹ ਆਖਦਿਆਂ ਉਹਨੇ ਪੈਰੋਂ ਜੁੱਤੀ ਲਾ ਕੇ ਬੱਲੂ ਦੀ ਪਿੱਠ ਤੇ ਠਾ ਠਾ ਮਾਰਨੀਆਂ ਸ਼ੁਰੂ ਕਰਤੀਆਂ ਫਿਰ ਉਹਨੇ ਦੇਬੂ ਤੇ ਭੋਂਕੇ ਦੀ ਪਿੱਠ ਤੇ ਵੀ 10-10 ਜੁੱਤੀਆਂ ਮਾਰੀਆਂ ਤੇ ਜਾ ਕੇ ਆਪਣੀ ਥਾਂ ਤੇ ਬਹਿ ਗਿਆ ਫਿਰ ਬੰਤਾ ਸਿੰਘ ਉੱਠ ਕੇ ਕਾਰਵਾਈ ਦੁਹرائی ਉਸ ਵਿੱਚੋਂ ਪੰਜ ਸਰਪੰਚ ਪਾਲੇ ਨੇ ਵੀ ਆਪਣੀ ਵਾਰੀ ਭੁਗਤਾਈ ਇੰਜ ਤਿੰਨੇ ਮੁਜਰਮ ਬੈਠੇ ਜੁੱਤੀਆਂ ਖਾਂਦੇ ਰਹੇ ਸਾਰੀ ਪੰਚਾਇਤ ਦੇਖਦੀ ਰਹੀ ਆਖਰ ਤੇ ਜਦ ਦੀਪੇ ਦੀ ਵਾਰੀ ਆਈ ਤਾਂ ਉਹਨੇ ਇਹ ਆਕੇ ਜੁੱਤੀਆਂ ਮਾਰਨੋਂ ਨਾ ਕਰਦੀ ਵੀ ਚਲੋ ਸਰਪੰਚ ਸਾਹਿਬ ਇਹਨਾਂ ਨੂੰ ਇੰਨੀ ਸਜ਼ਾ ਬਹੁਤ ਹੈ ਮੈਂ ਤਾਂ ਪਰਦੇਸੀ ਬੰਦਾ ਮੇਰੇ ਵੱਲੋਂ ਆਪਣੇ ਭਰਾਵਾਂ ਨੇ ਦੇ ਮਾਰੀਆਂ ਜੁੱਤੀਆਂ ਨੇ ਮੈਨੂੰ ਪਰਦੇਸ 'ਚ ਵੀ ਸੌਣ ਨਹੀਂ ਦਿਆ ਕਰਦਾ ਸਾਰੇ ਦਾ ਸਾਰਾ ਵੇੜਾ ਹੀ ਦੀਪੇ ਦੀ ਇਹ ਗੱਲ ਸੁਣ ਕੇ ਅਵਾਕ ਖੜਾ ਰਹਿ ਗਿਆ ਦਸੌਂਦਾ ਸਿੰਘ ਨੇ ਮੁਜ਼ਰਮਾਂ ਨੂੰ ਲਾਹਨਤ ਪਾਉਂਦੇ ਕਿਆ ਕੰਜਰੋ ਸ਼ਰਮ ਕਰੋ ਕੁਛ ਇਹਨੂੰ ਕਹਿੰਦੇ ਇਨਸਾਨੀਅਤ ਦੁਸ਼ਮਣ ਨੂੰ ਮਾਫ ਕਰ ਦੇਣਾ ਸੌਖਾ ਨਹੀਂ ਹੁੰਦਾ ਜਦ ਪੰਚਾਇਤ ਵਿਛੜੀ ਤਾਂ ਦੀਪੇ ਦੇ ਚਿਹਰੇ ਤੇ ਤਸੱਲੀ ਸੀ ਉਹ ਦਸੌਂਦਾ ਸਿੰਘ ਸਰਪੰਚ ਦੀ ਸਿਆਣਪ ਦਾ ਕਾਇਲ ਹੋ ਗਿਆ ਜਿਹਨੇ ਬਿਨਾਂ ਕਿਸੇ ਪੱਖਪਾਤ ਦੇ ਬੜੇ ਜਿਗਰੇ ਨਾਲ ਫੈਸਲਾ ਲਿਆ ਵੀ ਤੇ ਸੁਣਾਇਆ ਵੀ ਦੀਪਾ ਸੋਚ ਰਿਹਾ ਸੀ ਕਿ ਸ਼ਾਇਦ ਕਿਸੇ ਜੱਟ ਸਰਪੰਚ ਤੋਂ ਵੀ ਇਹੋ ਜਿਹਾ ਫੈਸਲਾ ਨਾ ਲਿਆ ਜਾਂਦਾ ਮਜਬੂਤ ਬਰਾਦਰੀ ਨੂੰ ਐਵੇਂ ਮਾਤੜ ਤੇ ਬੇਅਕਲ ਕਹਿਣ ਵਾਲੇ ਲੋਕ ਗਲਤ ਸਾਬਤ ਹੋ ਗਏ ਸਨ ਜਿਸ ਬਰਾਦਰੀ ਚ ਪਾਲੇ ਤੇ ਦਸੌਂਦਾ ਸਿੰਘ ਵਰਗੇ ਇਨਸਾਨ ਹੋਣ ਉਹ ਬਰਾਦਰੀ ਕੁਝ ਵੀ ਕਰਨ ਦੇ ਸਮਰੱਥ ਹੋ ਸਕਦੀ ਹੈ ਉਂਝ ਵੀ ਸਮਝਦਾਰਾਗੂ ਤੇ ਦਿਆਲੇ ਦਵਾਲੇ ਸਿਆਣੇ ਲੋਕ ਆਪਣੇ ਆਪ ਜੁੜ ਜਾਂਦੇ ਆ ਜਦਕਿ ਮੱਕਾ ਰਾਗੂ ਚਾਪਲੂ ਸੰਝ ਕੇ ਰਹਿੰਦੇ ਆ ਪੰਚਾਇਤ ਵਿਛੜਨ ਮਗਰੋਂ ਪਾਲਾ ਆਪਣੇ ਘਰ ਚਲਾ ਗਿਆ ਉਨੇ ਤੇ ਦੀਸ਼ੀ ਨੇ ਤਿਆਰ ਹੋਣਾ ਸੀ ਤੇ ਜਾਣ ਵਾਸਤੇ ਸਮਾਨ ਪੈਕ ਕਰਨਾ ਸੀ ਦੀਪਾ ਘਰ ਪਹੁੰਚਿਆ ਜੈਸਵੀ ਸਮਾਨ ਪੈਕ ਕਰਕੇ ਤਿਆਰ ਹੋਈ ਬੈਠੀ ਸੀ ਜੈਸ ਤੇ ਲਾਲੀ ਪੰਚਾਇਤ ਦਾ ਫੈਸਲਾ ਸੁਣਨ ਲਈ ਦੀਪੇ ਹੋਰਾਂ ਨੂੰ ਡੇਕ ਰਹੀਆਂ ਸਨ ਦੀਪੇ ਨੇ ਵਿਸਥਾਰ ਨਾਲ ਪੰਚਾਇਤ ਹੋਏ ਬੀਤੇ ਬਾਰੇ ਉਹਨਾਂ ਨੂੰ ਦੱਸਿਆ ਜੈਸ ਫੈਸਲੇ ਤੋਂ ਬਹੁਤ ਪ੍ਰਭਾਵਿਤ ਹੋਈ ਲਾਲੀ ਤੇ ਸਵਰਨਕੌਰ ਨੇ ਵੀ ਫੈਸਲੇ ਨਾਲ ਸਹਿਮਤੀ ਜਤਾਈ ਸਵਰਨਕੌਰ ਦੀਪੇ ਲਈ ਚਿੰਤਾ ਕਰਦੇ ਆ ਕਹਿਣ ਲੱਗੇ ਦੀਪੇ ਹੁਣ ਤਾਂ ਪਾਲਾ ਤੇਰੇ ਨਾਲ ਨਹੀਂ ਨਹੀਂ ਹੋਣਾ ਤੁਹਾਵੇਂ ਉੱਠ ਕੇ ਸ਼ਹਿਰ ਨੂੰ ਨਾ ਤੁਰ ਪਿਆ ਕਰ ਆਪਣੇ ਪਾਪੇ ਨੂੰ ਨਾਲ ਲੈ ਕੇ ਜਾਇਆ ਕਰ ਇਕੱਲਾ ਦੋ ਇਕੱਲਾ ਜਾਣ ਦਾ ਜ਼ਮਾਨਾ ਨਹੀਂ ਰਿਹਾ ਅੱਜ ਕੱਲ੍ਹ ਦੀਪੇ ਨੂੰ ਮਾਂ ਦੀ ਚਿੰਤਾ ਵਾਜਬ ਲੱਗੀ ਫਿਰ ਵੀ ਕਹਿਣ ਲੱਗਾ ਬੀਬੀ ਐਵੇਂ ਫਿਕਰ ਨਹੀਂ ਕਰੀ ਤਾਂ ਇੰਨੀ ਵੀ ਨਹਿਰਗਰਦੀ ਨਹੀਂ ਮੱਚੀ ਹੋਈ ਨਾਲੇ ਹੁਣ ਤਾਂ ਗੱਡੀ ਪਾਲੇ ਨੇ ਲੈ ਕੇ ਜਾਣੀ ਹੈ ਮੈਂ ਸ਼ਹਿਰ ਜਾਣਾ ਹੋਇਆ ਤਾਂ ਵੀਰੇ ਨਾਲ ਜਾਇਆ ਕਰੂੰ ਘੰਟੇ ਕੇ ਬਾਅਦ ਪਾਲਾ ਤੇ ਦੇਸ਼ੀ ਪਹੁੰਚ ਗਏ ਦੇਸ਼ੀ ਨੂੰ ਜਾਣ ਦਾ ਬਹੁਤ ਚਾਹ ਸੀ ਉਹ ਜੈਸ ਨੂੰ ਭੈਣ ਜੀ ਭੈਣ ਜੀ ਕਹਿੰਦੀ ਨਹੀਂ ਥੱਕਦੀ ਸੀ ਦੀਪੇ ਨੂੰ ਤਸੱਲੀ ਸੀ ਕਿ ਦੇਸ਼ੀ ਨੇ ਜੈਸ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦੇਣੀ ਦੇਸ਼ੀ ਤੇ ਪਾਲਾ ਦੋਵੇਂ ਭੈਣ ਭਰਾ ਹੀ ਦਿਲ ਦੇ ਬਹੁਤ ਚੰਗੇ ਸੀ ਪਾਲੇ ਨੇ ਗੱਡੀ ਤੇ ਕਪੜਾ ਮਾਰਦਿਆਂ ਕਿਹਾ ਉਹ ਬਾਜੀ ਬੰਤਾ ਚਾਚਾ ਕਹਿੰਦਾ ਸੀ ਵੀ ਤੁਹਾਨੂੰ ਮਿਲਣਾ ਹੈ ਮੈਂ ਕਹਤਾ ਵੀ ਤੁਹਾਡੇ ਕੋਲੋਂ ਪੁੱਛ ਕੇ ਦੱਸਾਂ ਅੱਛਾ ਉਹਨੇ ਕਿਉਂ ਮਿਲਣਾ ਹੁਣ ਫੈਸਲਾ ਤਾਂ ਹੋ ਗਿਆ ਹੁਣ ਕੀ ਕਹਿਣਾ ਉਹਨੇ ਦੀਪੇ ਨੇ ਹੈਰਾਨ ਹੁੰਦਿਆਂ ਸਵਾਲ ਕੀਤਾ ਭਾਜੀ ਉਹਦੇ ਕੋਲ ਜ਼ਮੀਨ ਦਾ ਇੱਕ ਪਲਾਟ ਆ ਉਹਨੇ ਵੇਚਣਾ ਆ ਇਸ ਕਰਕੇ ਮਿਲਣਾ ਪਾਲੇ ਨੇ ਵਿੱਚ ਲਈ ਗੱਲ ਦੱਸਦੀ ਛੱਡ ਭਰਾ ਅਸੀਂ ਕੀ ਕਰਨਾ ਪਲਾਟ ਨਾਲੇ ਉਹਨੇ ਪਲਾਟ ਕਦੋਂ ਖਰੀਦਿਆ ਪਹਿਲਾਂ ਤਾਂ ਕੋਈ ਪਲਾਟ ਨਹੀਂ ਸੀ ਹੁੰਦਾ ਉਹਦੇ ਕੋਲ ਦੀਪੇ ਨੇ ਹੋਰ ਸਵਾਲ ਕਰਤਾ ਭਾਜੀ 4-5 ਸਾਲ ਪਹਿਲਾਂ ਪਿੰਡ ਦੀ ਸ਼ਾਮਲਾਟ ਵਿੱਚੋਂ ਸਰਕਾਰ ਨੇ ਮਜਬੀਆਂ ਨੂੰ ਪਲਾਟ ਕੱਟ ਕੇ ਦਿੱਤੇ ਸੀ ਸ਼ਾਇਦ ਉਸ ਬਾਰੇ ਹੀ ਕਹਿੰਦਾ ਹੋਣਾ ਪਾਲੇ ਨੇ ਸੋਚਦਿਆਂ ਕਿ ਨਹੀਂ ਯਾਰ ਰਹਿਣ ਦੇ ਆਪਾਂ ਨਹੀਂ ਲੈਣਾ ਪਲਾਟ ਪਲੋਟ ਦੀਪ ਨੇ ਆਪਣਾ ਇਰਾਦਾ ਸਾਫ਼ ਦੱਸ ਦਿੱਤਾ। ਭਾਜੀ ਉਹ ਬਾਲਾ ਹੀ ਬਿਲਕਦਾ ਸੀ। ਮੈਨੂੰ ਲੱਗਦਾ ਉਹਨੂੰ ਪੈਸੇ ਦੀ ਬਹੁਤ ਲੋੜ ਹੈ। ਤੁਸੀਂ ਮਿਲ ਲਓ। ਪਾਲੇ ਨੇ ਸੰਗਦਿਆਂ ਜਿਹਾ ਜ਼ੋਰ ਪਾਇਆ। ਚਲ ਠੀਕ ਆ। ਉਹਨੂੰ ਕਹੀਂ ਕੱਲ ਸ਼ਾਮ ਨੂੰ 5 ਵਜੇ ਆ ਜਾਏ। ਅੱਜ ਤਾਂ ਮੇਰਾ ਮੂਡ ਨਹੀਂ ਹੋਰ ਦਿਮਾਗ ਖਪੌਣ ਦਾ। ਪਾਲੇ ਨੇ ਕੁਝ ਸੋਚ ਕੇ ਕਹਿ ਦਿੱਤਾ। ਠੀਕ ਆ ਭਾਜੀ ਮੈਂ ਫੋਨ ਕਰ ਦਿੰਨਾ ਇਹ ਆਖ ਕੇ ਪਾਲਾ ਫੋਨ ਡਾਇਲ ਕਰਨ ਲੱਗ ਪਿਆ। 12:00 ਵਜੇ ਤੱਕ ਪਾਲੇ ਹੋਰੀ ਸਭ ਨੂੰ ਸੱਸੀ ਕੱਲ ਬੁਲਾ ਕੇ ਨਿਕਲ ਗਏ। ਦੀਪਾ ਕੁਝ ਚਿਰ ਬੀ ਬਾਬੇ ਕੋਲ ਬੈਠਾ ਰਿਹਾ ਫਿਰ ਅੰਦਰ ਜਾ ਕੇ ਲੰਮਾ ਪੈ ਗਿਆ ਥੋੜੇ ਚਿਰ ਤੱਕ ਲਾਲੀ ਵੀ ਉਸ ਕੋਲ ਆ ਗਈ ਦੀਪੇ ਕੋਲ ਬੈੰਧਿਆ ਕਹਿਣ ਲੱਗੀ ਮੰਮੀ ਹੁਣਾਂ ਦਾ ਫੋਨ ਆਇਆ ਸੀ ਕਹਿੰਦੇ ਅਸੀਂ ਆਉਣਾ ਹੈ ਆਪਾਂ ਕਦੋਂ ਸੱਦੀਏ ਅੱਜ ਹੀ ਸੱਦ ਲਓ ਲਾਲੀ ਆਪਾਂ ਕਿਹੜਾ ਕਿਤੇ ਜਾਣਾ ਤੁਸੀਂ ਕੁਝ ਹੋਰ ਕਰਨਾ ਤਾਂ ਵੇਖ ਲਓ ਦੀਪੇ ਨੇ ਜਵਾਬ ਦਿੱਤਾ ਦੀਪ ਇਕ ਤਾਂ ਤੁਸੀਂ ਮੈਨੂੰ ਆ ਤੁਸੀਂ ਤੁਸੀਂ ਕਰਨਾ ਬੰਦ ਕਰੋ ਇਸ ਨਾਲ ਮੈਨੂੰ ਇੰਜ ਲੱਗਦਾ ਜਿਵੇਂ ਤੁਸੀਂ ਕਿਸੇ ਉੱਪਰੇ ਜੇ ਬੰਦੇ ਨਾਲ ਗੱਲ ਕਰਦੇ ਹੋ ਤੁਸੀਂ ਮੈਨੂੰ ਤੂੰ ਹੀ ਕਿਹਾ ਕਰੋ ਕਈ ਦਿਨਾਂ ਦੀ ਦਿਲ ਚ ਦੱਬੀ ਗੱਲ ਅੱਜ ਲਾਲੀ ਨੇ ਕਹਿ ਦਿੱਤੀ। ਚੱਲ ਠੀਕ ਹੈ ਲਾਲੀ ਅੱਜ ਤੋਂ ਮੈਂ ਤੁਹਾਨੂੰ ਨਹੀਂ ਜਾਣ ਕੇ ਯਾਨੀ ਕਿ ਤੈਨੂੰ ਤੂੰ ਤੇ ਤੈਨੂੰ ਕਹਿ ਕੇ ਬੁਲਾਇਆ ਕਰੂੰ। ਦੀਪੇ ਨੇ ਹੱਸਦਿਆਂ ਜਵਾਬ ਦਿੱਤਾ। ਦੁਪਹਿਰੋਂ ਬਾਅਦ 2 ਵਜੇ ਤੱਕ ਮੋਤੀਪੁਰੀ ਠੀਰੇ ਦੀ ਗੱਡੀ ਆ ਕੇ ਰੁਕੀ। ਪ੍ਰੇਮ ਸਿੰਘ ਪ੍ਰਕਾਸ਼ ਘਰ ਤੇ ਨਿੰਮੀ ਬੁਲੰਤੀ ਮੁਸਕਰਾਟ ਲੈ ਕੇ ਘਰ ਚ ਦਾਖਲ ਹੋਈ। ਨਿੰਮੀ ਨੇ ਸੁਵਾਰੀ ਰੰਗ ਦੇ ਕਿੱਲੇ ਦੀ ਕਢਾਈ ਵਾਲਾ ਸੂਟ ਪਾਇਆ ਸੀ ਜਿਸ ਤੋਂ ਬਹੁਤ ਹੀ ਸੋਹਣੀ ਲੱਗ ਰਹੀ ਸੀ। ਦੀਪੇ ਨੇ ਵਿੜੇਜ ਕੁਰਸੀਆਂ ਲਾਤੀਆਂ ਤੇ ਸਭ ਉੱਥੇ ਹੀ ਬਹਿ ਗਏ ਚਾਹ ਪਾਣੀ ਤੋਂ ਬਾਅਦ ਕਰਨੈਲ ਸਿੰਘ ਨੇ ਪ੍ਰੇਮ ਸਿੰਘ ਨੂੰ ਸੁਲਾ ਮਾਰਦਿਆਂ ਕਿ ਆ ਜਾਓ ਭਾਜੀ ਆਪਾਂ ਬੈਠਕ 'ਚ ਬੈੰਨੇ ਆਂ ਬੁੜੀਆਂ ਨੂੰ ਇੱਥੇ ਗੱਲਾਂ ਮਾਰਨ ਦਿਓ ਦੀਪੇ ਨੇ ਪਹਿਲਾਂ ਹੀ ਬੱਕਰੇ ਦਾ ਮੀਟ ਲਿਆ ਕੇ ਰੰਨਣਾ ਰੱਖਤਾ ਸੀ ਫਿਰ ਕਰਨੈਲ ਸਿੰਘ ਨੇ ਦੀਪੇ ਨੂੰ ਇਸ਼ਾਰਾ ਕੀਤਾ ਦੀਪਾਂਦਰ ਜਾ ਕੇ ਵਿਸਕੀ ਦੀ ਬੋਤਲ ਲੈ ਕੇ ਬੈਠਕ 'ਚ ਪਹੁੰਚ ਗਿਆ ਪ੍ਰੇਮ ਸਿੰਘ ਬਹੁਤੀ ਗੱਲਬਾਤ ਨਹੀਂ ਕਰ ਰਿਹਾ ਸੀ ਵਿਆਹ ਤੋਂ ਬਾਅਦ ਪਹਿਲੀ ਵਾਰ ਉੱਥੇ ਹੀ ਦੇਖਾ ਰਾਇਆ ਸੀ ਪ੍ਰੇਮਸਿਓ ਨੇ ਬਥੇਰੀ ਨਾ ਨੁੱਕਰ ਕੀਤੀ ਪਰ ਕਰਨੈਲ ਸਿੰਘ ਨੇ ਉਹ ਨੂੰ ਪੈਗ ਪਾਈ ਦਿੱਤਾ ਪਹਿਲੇ ਪੈਗ ਤੋਂ ਬਾਅਦ ਦੂਜੀ ਵਾਰੀ ਪ੍ਰੇਮਸਿਓ ਨੇ ਬਹੁਤੇ ਨਖਰੇ ਨਹੀਂ ਦਿਖਾਏ ਫਿਰ ਚੁੱਪ ਕਰਕੇ ਦੂਜਾ ਪੈਗ ਪਵਾ ਲਿਆ ਤੇ 15-20 ਮਿੰਟਾਂ ਤੱਕ ਸਾਰੇ ਜਣੇ ਤਿੰਨ-ਤਿੰਨ ਪੈਗ ਲਾ ਚੁੱਕੇ ਸੀ ਹੁਣ ਸੰਗ ਵੀ ਥੋੜੀ ਲੱਗ ਗਈ ਸੀ ਪ੍ਰੇਮਸਿਓ ਹੁਣ ਆਪਣੀ ਨੌਕਰੀ ਬਾਰੇ ਦੱਸਣ ਲੱਗ ਪਿਆ ਜਿਨੇ ਪੰਜਾਬ ਦੇ ਕਿਹੜੇ-ਕਿਹੜੇ ਪਿੰਡ ਕਿੰਨਾ-ਕਿੰਨਾ ਚਿਰ ਪੜਾਇਆ ਹੁਣ ਉਹ ਅੰਗਰੇਜ਼ੀ ਦੇ ਸ਼ਬਦ ਵੀ ਚਿੱਤ-ਚਿੱਤ ਕੇ ਬੋਲਣ ਲੱਗ ਪਿਆ ਕਰਨੈਲ ਸਿੰਘ ਵੀ ਅਮਰੀਕਾ 'ਚ ਆਪਣੀ ਰੈਣੀ ਬੈਣੀ ਦੀਆਂ ਵਧਾ ਚੜਾ ਕੇ ਦੱਸਣ ਲੱਗ ਪਿਆ ਸੀ ਤੇ ਦੀਪਾ ਸਮਝ ਗਿਆ ਵੀ ਦੋਵੇਂ ਕੁੜਮ ਹੁਣ ਸਰੂਰ ਜੈਚ ਹੋ ਗਏ ਆ ਹਾਲਾਂਕਿ ਦੀਪੇ ਨੇ ਵੀ ਬਰਾਬਰੀ ਪੈਗ ਲਾਏ ਸੀ ਪਰ ਉਹਨੂੰ ਇੰਨੀ ਨਹੀਂ ਸੀ ਚੜੀ ਪ੍ਰੇਮ ਸਿੰਘ ਉੱਠ ਕੇ ਦੀਪੇ ਦੇ ਨੇੜੇ ਬੈਠਦੇ ਆ ਉਹਨੂੰ ਜੱਫੀ ਪਾਉਂਦੇ ਆ ਕਹਿਣ ਲੱਗਾ ਉਹ ਪੁੱਤਰਾ ਬਈ ਤੂੰ ਹੈ ਤਾਂ ਬਹੁਤ ਬੀਬਾ ਪਰ ਤੇਰੇ ਤੇ ਇੱਕ ਰੰਜਾ ਮੈਨੂੰ ਕੀ ਗੱਲ ਹੋ ਗਈ ਡੈਡੀ ਜੀ ਮੈਥੋਂ ਕੀ ਗਲਤੀ ਹੋ ਗਈ ਦੀਪ ਨੇ ਹੈਰਾਨ ਹੁੰਦੇ ਆ ਕਿ ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਪ੍ਰੇਮ ਸਿੰਘ ਕਹਿਣ ਲੱਗਾ ਉਹ ਪੁੱਤਰਾ ਤੂੰ ਨਿਆਣਾ ਹੈ ਜੀ ਹਲੇ ਤੈਨੂੰ ਮਾਪਿਆਂ ਦੀਆਂ ਮਜਬੂਰੀਆਂ ਦਾ ਨਹੀਂ ਪਤਾ ਦੀਪ ਉਹ ਤਾਂ ਆਪਣੀ ਵਾਰੀ ਨਾਲ ਹੀ ਵਿਆਹ ਜਾਏ ਤਾਂ ਸੌਂਦਾ ਹੁਣ ਦੀਪਾ ਸਮਝ ਗਿਆ ਵੀ ਪ੍ਰੇਮ ਸਿੰਘ ਕਿਹੜੇ ਸਟੇਸ਼ਨ ਤੋਂ ਬੋਲ ਰਿਹਾ ਉਹ ਹਲੀ ਜੀ ਕਹਿਣ ਲੱਗਾ ਉਹ ਡੈਡੀ ਜੀ ਮੈਨੂੰ ਸਭ ਪਤਾ ਹੈ ਮੈਨੂੰ ਤੁਹਾਡੇ ਨਾਲ ਹਮਦਰਦੀ ਵੀ ਹੈ ਦਰਅਸਲ ਤੁਹਾਨੂੰ ਹੀ ਮੇਰੀ ਮਜਬੂਰੀ ਦਾ ਨਹੀਂ ਪਤਾ ਉਹ ਪੁੱਤਰਾ ਤੁਹਾਡੇ ਵਰਗੇ ਜਵਾਨ ਨਿਆਣਿਆਂ ਦੀਆਂ ਮਜਬੂਰੀਆਂ ਨਹੀਂ ਨਖਰੇ ਹੁੰਦੇ ਆ ਤੁਸੀਂ ਤਾਂ ਜ਼ਿੰਦਗੀ ਨੂੰ ਇੱਕ ਫਿਲਮ ਹੀ ਸਮਝਦੇ ਹੋ ਉਹੀ ਨਿਆਣਿਆਂ ਵਾਲੀ ਜ਼ਿੱਦ ਕਿ ਆਹ ਚੀਜ਼ ਪਸੰਦ ਹੈ ਤੇ ਆਹ ਲੈਣੀ ਪ੍ਰੇਮ ਸਿੰਘ ਨੇ ਫਿਰ ਨਹੋਰਾ ਸੋਟਿਆ ਦੀਪਾ ਸਮਝ ਗਿਆ ਪ੍ਰੇਮ ਸਿੰਘ ਹੁਣ ਸ਼ਰਾਬੀਆਂ ਵਾਲੀ ਜ਼ਿੱਦ ਕਰ ਰਿਹਾ ਉਹ ਜਵਾਬ ਦੇਣਾ ਚਾਹੁੰਦੇ ਆਂ ਵੀ ਜਾਣ ਬੁੱਝ ਕੇ ਗੱਲ ਪੀ ਗਿਆ ਰੋਟੀ ਪਾਣੀ ਤੋਂ ਬਾਅਦ ਪ੍ਰੇਮ ਸਿੰਘ ਹੋਰ ਹੋਰਾਂ ਨੇ ਜਾਣ ਦੀ ਜ਼ਿੱਦ ਕੀਤੀ ਦੀਪੇ ਤੇ ਲਾਲੀ ਨੇ ਜ਼ੋਰ ਪਾ ਕੇ ਉਹਨਾਂ ਨੂੰ ਰਾਤ ਰੱਖ ਲਿਆ ਸ਼ਾਮ ਨੂੰ ਸੌਣ ਤੋਂ ਪਹਿਲਾਂ ਫਿਰ ਸਾਰਾ ਟੱਬਰ ਗੱਲਾਂ ਬਾਤਾਂ ਕਰਨ ਲਈ ਬੈਠਕ ਚਾ ਬੈਠਾ ਰੋਟੀ ਖਾਣ ਤੋਂ ਬਾਅਦ ਪ੍ਰੇਮ ਸਿੰਘ ਦਾ ਨਸ਼ਾ ਵੀ ਥੋੜਾ ਲੈ ਗਿਆ ਸੀ। ਕਰਨੈਲ ਸਿੰਘ ਵੀ ਹੁਣ ਸਿਆਣੀਆਂ ਗੱਲਾਂ ਕਰ ਰਿਹਾ ਸੀ। ਲਾਲੀ ਤੇ ਨਿੰਮੀ ਵੀ ਕੁਰਸੀਆਂ ਤੇ ਬੈਠੀਆਂ ਗੱਲਾਂ 'ਚ ਹੁੰਗਾਰੇ ਦੇ ਰਹੀਆਂ ਸਨ। ਪ੍ਰੇਮ ਸਿੰਘ ਵਿਆਹ ਦੀ ਗੱਲ ਕਰਦੇ ਆਂ ਕਰਨੈਲ ਸਿੰਘ ਨੂੰ ਕਹਿਣ ਲੱਗਾ ਪਾਜੀ ਮੈਨੂੰ ਵਿਆਹ ਦੀ ਬਹੁਤ ਹੀ ਚਿੰਤਾ ਸੀ। ਸਾਡੇ ਪਰਿਵਾਰ ਦਾ ਪਹਿਲਾ ਸੁਦਸੀ ਨਾ ਪਰ ਕੀ ਕਹਿੰਦੇ ਹੁੰਦੇ ਐ ਵੀ ਜੇ ਨੀਤ ਸਹੀ ਹੋਵੇ ਤਾਂ ਰੱਬ ਆਪੇ ਕਾਰਜ ਸਵਾਰ ਦਿੰਦਾ ਬਸ ਰੱਬ ਨੇ ਹੀ ਕਰਤਾ ਸਾਰਾ ਕੁਝ। ਹਾਂਜੀ ਡੈਡੀ ਤੁਸੀਂ 16 ਨੇ ਸਹੀ ਕਿਹਾ ਮੈਨੂੰ ਵੀ ਬਹੁਤ ਫਿਕਰ ਸੀ ਪਰ ਯਾਰਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੇ ਸਾਰਾ ਭਾਰ ਵੰਡਾ ਲਿਆ ਸਾਰਾ ਕੁਝ ਸੋਹਣਾ ਨਿਭ ਗਿਆ ਦੀਪੇ ਨੇ ਪ੍ਰੇਮ ਸਿੰਘ ਦੀ ਹਾਂ ਛਾਮ ਲਾਈ ਆਹੋ ਪਰ ਉਹ ਭੰਗੜੇ ਗਰੁੱਪ ਵਾਲੇ ਮੁੰਡੇ ਨੇ ਥੋੜੀ ਜਿਹੀ ਖੇ ਖਰਾਬੀ ਕੀਤੀ ਬਾਕੀ ਤਾਂ ਸਭ ਠੀਕ ਹੀ ਸੀ ਪ੍ਰੇਮ ਸਿੰਘ ਨੇ ਕੁਝ ਯਾਦ ਕਰਦਿਆਂ ਕਿਹਾ ਉਹ ਬਾਜੀ ਬਾਜੀ ਲੋਕ ਜੁੱਤੀਆਂ ਦੇ ਕੱਚੇ ਹੁੰਦੇ ਆ ਉਹਨਾਂ ਨੂੰ ਜੁੱਤੀਆਂ ਖਾਦੇ ਬਿਨਾ ਚੈਨ ਨਹੀਂ ਆਉਂਦਾ ਆਪਣੇ ਪਾਲੇ ਨੇ ਵੀ ਵਾਵਾ ਛਤਰੋਲ ਕਰਕੇ ਉਹਦੇ ਹੱਡ ਸੁਝਾਤੇ ਉਹਦੇ ਨਾਲ ਦੇ ਦੱਸਦੇ ਸੀ ਵੀ ਉਹ ਕਈਆਂ ਥਾਵਾਂ ਤੋਂ ਛੇਤਰ ਖਾ ਹਟਿਆ ਕਰਨੈਲ ਸਿੰਘ ਨੇ ਨਵੀਂ ਜਾਣਕਾਰੀ ਦਿੰਦੇ ਹੋਏ ਗੱਲ ਅੱਗੇ ਤੋਰੀ ਜੈਲੇ ਦੀ ਗੱਲ ਛੇੜਨ ਨਾਲ ਨਿੰਮੀ ਦਾ ਦਿਲ ਤੱਕ ਤੱਕ ਕਰਨ ਲੱਗ ਗਿਆ ਉਹ ਮਨੁਮਨੀ ਖੇਜਰੀ ਸੀ ਵੀ ਉਹ ਇਹ ਕਿਹੜਾ ਟੌਪਿਕ ਛੇੜ ਪਿਆ ਜਲਦੀ ਗੱਲ ਅੱਗੇ ਤੋਰਨ ਲਈ ਦੀਪਾ ਕਹਿਣ ਲੱਗਾ ਹਾਂਜੀ ਡੈਡੀ ਲਾਲੀ ਦੱਸਦੀ ਸੀ ਵੀ ਉਹ ਮੁੰਡਾ ਇਹਨਾਂ ਦੇ ਕਾਲਜ ਹੀ ਪੜ੍ਹਦਾ ਸੀ ਉਹਦੇ ਕਾਲਜ 'ਚ ਇਹੋ ਜਿਹੀ ਚਾਲੇ ਸੀ ਹਾਂਜੀ ਸਿਰੇ ਦਾ ਲੋਫਰ ਆ ਮੁੰਡਾ ਉਹਦਾ ਨਾਂ ਜੈਲਾ ਆ ਨਸ਼ੇ ਪੱਤੇ ਵੀ ਬਹੁਤ ਕਰਦਾ ਮੈਨੂੰ ਤਾਂ ਪਹਿਲਾਂ ਹੀ ਲੱਗਦਾ ਸੀ ਵੀ ਇਹ ਕੋਈ ਨਾ ਕੋਈ ਚੰਤਾ ਜ਼ਰੂਰ ਛੜਾਊ ਲਾਲੀ ਨੇ ਆਪਣਾ ਗੁੱਬਗਲਾਟ ਕੱਢਿਆ ਫਿਰ ਉਹ ਨਿੰਮੀ ਵੱਲ ਵੇਖ ਕੇ ਖੁਸ਼ ਹੁੰਦੀਆਂ ਕਹਿਣ ਲੱਗੀ ਦੀ ਜੀ ਤੁਸੀਂ ਕਦੇ ਦੇਖਦੇ ਉਹਦੀ ਜੁੱਤੀਆਂ ਪੈਂਦੀਆਂ ਪਰ ਉਹ ਤੇ ਕੋਈ ਬਾਹਲਾ ਅਸਰ ਨਹੀਂ ਕਿਦਾਂ ਬੇਸ਼ਰਮ ਜਿਹਾ ਜੁੱਤੀਆਂ ਖਾ ਕੇ ਉੱਠ ਕੇ ਕੱਪੜੇ ਝਾੜ ਕੇ ਤੁਰ ਪਿਆ ਬੇਟਾ ਇਹਨਾਂ ਲੋਕਾਂ ਨੂੰ ਬਹੁਤੀ ਫਿਕਰ ਨਹੀਂ ਹੁੰਦੀ ਛਤਰਾ ਛਤਰਾ ਦੀ ਇਹ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਹੁੰਦੇ ਗਰੁੱਪ ਵਾਲੇ ਆਉਂਦੇ ਸੀ ਵੀ ਹੁਣ ਗਾਂ ਤੋਂ ਨਹੀਂ ਰੱਖਣਾ ਇਹਨੂੰ ਗਰੁੱਪ 'ਚ ਉਹਨਾਂ ਦੀ ਕਈ ਵਾਰ ਬੇਇੱਜ਼ਤੀ ਕਰਾ ਚੁੱਕਾ ਹੈ ਕਰਨੈਲ ਸਿੰਘ ਨੇ ਹੋਰ ਖੁਲਾਸਾ ਕੀਤਾ ਨਿੰਮੀ ਬਸ ਹਾਂ ਕਰੇਗੀ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਇਸ ਸਥਿਤੀ ਨੂੰ ਕਿੱਦਾਂ ਕਾਬੂ ਕਰੇ ਆਖਰ ਉਹਨੇ ਗੱਲ ਦਾ ਰੁਖ ਹੋਰ ਪਾਸੇ ਮੋੜਨ ਲਈ ਦੀਪੇ ਨੂੰ ਸਵਾਲ ਕਰ ਦਿੱਤਾ ਦੀਪ ਕਿੰਨੇ ਕੁ ਛੁੱਟੀ ਆ ਤੁਹਾਡੀ ਅਜੇ ਰਹੋਗੇ ਦੋਟਾ ਹੀ ਮਹੀਨੇ ਹੋਰ ਨਹੀਂ ਨਹੀਂ ਨਿੰਮੀ ਮਹੀਨਾ ਕੋਈ ਹੋ ਰਿਹਾ ਫੇਰ ਜਾ ਕੇ ਲਾਲੀ ਦੇ ਪੇਪਰ ਵਗੈਰਾ ਵੀ ਅਪਲਾਈ ਕਰਾਉਣੇ ਆ। ਨਾਲੇ ਸੱਚ ਡੈਡੀ ਜੀ ਤੁਸੀਂ ਵੀ ਆਪਣੇ ਪਾਸਪੋਰਟ ਵਗੈਰਾ ਬਣਵਾ ਲਓ। ਹੁਣ ਧੀ ਨੂੰ ਮਿਲਣ ਕੈਨੇਡਾ ਆਉਣਾ ਪਿਆ ਕਰਨਾ। ਦੀਪੇ ਨੇ ਨਿੰਮੀ ਦੀ ਗੱਲ ਦਾ ਜਵਾਬ ਦੇਣ ਲਈ ਨਾਲ ਹੀ ਪ੍ਰੇਮ ਸਿੰਘ ਉਹ ਰਣੂ ਵਿੱਚ ਤਾਰਿਆ। ਉਹ ਪੁੱਤਰਾ ਅਸੀਂ ਕੀ ਕਰਨਾ ਕੈਨੇਡਾ ਆ ਕੇ ਸਾਡੇ ਤੇ ਤਾਂ ਅਜੇ ਨਿੰਮੀ ਦੀ ਜ਼ਿੰਮੇਵਾਰੀ ਹੈ। ਉਹਦਾ ਪਾਸਪੋਰਟ ਤਾਂ ਸਾਡੇ ਬਹੁਤ ਪਹਿਲਾਂ ਦੇ ਬਣਵਾਏ ਹੋਏ ਆ। ਪ੍ਰੇਮ ਸਿੰਘ ਨੇ ਦੱਸਿਆ ਡੈਡੀ ਜੀ ਨਿੰਮੀ ਦਾ ਫਿਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਬਥੇਰੀ ਛਿਆਣੀ ਕੁੜੀ ਐ ਤੇ ਆਪਣਾ ਬੁਰਾ ਭਲਾ ਸੋਚ ਸਕਦੀ ਐ ਤੁਸੀਂ ਬਸ ਜ਼ਿੰਦਗੀ ਇੰਜੋਏ ਕਰੋ ਦੀਪੇ ਨੇ ਨਿੰਮੀ ਵੱਲ ਦੇਖਦੇ ਹੱਸ ਕੇ ਕਿਹਾ ਤੇ ਨਿੰਮੀ ਵੀ ਦੀਪੇ ਦੀ ਗੱਲ ਚ ਛੁਪੀ ਹੋਈ ਤੰਜ਼ ਸਮਝ ਗਈ ਸੀ ਦੂਜੇ ਦਿਨ ਸਵੇਰੇ ਨਿੰਮੀ ਨੇ ਪੜਨ ਜਾਣਾ ਸੀ ਉਹਨੇ ਸਵੇਰੇ 7 ਵਜੇ ਵਾਲੀ ਬੱਸ ਫੜਨੀ ਸੀ ਤੇ ਉਹਨਾਂ ਦਾ ਬੱਸ ਸਾਡਾ ਪਿੰਡ ਤੋਂ ਅੱਧਾ ਕਿਲੋਮੀਟਰ ਹਟਵਾ ਸੀ ਲਾਲੀ ਨੇ ਤੜਕੇ ਦੀਪੇ ਨੂੰ ਜਗਾਉਂਦੇ ਆ ਕਿ ਆ ਦੀਪਾ ਦੀਦੀ ਨੂੰ ਅੱਡੇ ਤੱਕ ਛੱਡ ਆਓਗੇ ਦੀਪਾ ਹਮ ਕੰਨਾ ਉੱਠਿਆ ਤੇ ਬਾਥਰੂਮ ਚ ਵੜ ਗਿਆ ਤੇ ਜਦੋਂ ਦੀਪਾ ਖਾਤਮੂ ਧੋ ਕੇ ਬਾਹਰ ਆਇਆ ਤਾਂ ਨਿੰਮੀ ਤਿਆਰ ਹੋਈ ਖੜੀ ਸੀ ਦੀਪੇ ਨੇ ਮੋਟਰਸਾਈਕਲ ਤੇ ਹਲਕਾ ਜਿਹਾ ਕੱਪੜਾ ਮਾਰਿਆ ਤੇ ਸਟਾਰਟ ਕਰਕੇ ਸਵਾਰ ਹੋ ਗਿਆ ਨਿੰਮੀ ਸਭ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਉਹਦੇ ਮਗਰ ਬੈ ਗਈ ਉਹ ਜੇ ਅੱਡੇ ਤੇ ਪਹੁੰਚੇ ਨਹੀਂ ਸੀ ਕਿ ਉਹਨਾਂ ਨੂੰ ਅੱਡੇ ਤੇ ਨਿਕਲਦੀ ਬੱਸ ਦੀ ਸੀ ਹਾ ਬੱਸ ਤਾਂ ਨਿਕਲ ਗਈ ਹੁਣ ਨਿੰਮੀ ਨੇ ਹੈਰਾਨ ਹੁੰਦਿਆਂ ਕਿ ਹੁਣ ਕੀ ਮੈਂ ਤੈਨੂੰ ਸ਼ਹਿਰ ਹੀ ਛੱਡ ਆਉਣਾ ਬੱਸ ਅੱਧਾ ਘੰਟਾ ਹੀ ਲੱਗਣਾ ਦੀਪੇ ਨੇ ਜਵਾਬ ਦਿੱਤਾ ਨਿਮੀ ਨੇ ਹਾਂ ਜਾਂ ਨਾਹ ਚ ਜਵਾਬ ਨਾ ਦਿੱਤਾ ਚੁੱਪਚਾਪ ਬੈਠੀ ਰਹੀ ਥੋੜੇ ਚਿਰ ਬਾਅਦ ਦੀਪੇ ਨੇ ਗੱਲ ਸ਼ੁਰੂ ਕੀਤੀ ਨਿਮੀ ਹੁਣ ਤੂੰ ਮੇਰੇ ਸਾਡੂ ਨਾਲ ਕਦੋਂ ਮਲਾਉਣਾ ਮੈਨੂੰ ਨਿਮੀ ਦੀਪੇ ਦੀ ਗੱਲ ਤੋਂ ਇਕਦਮ ਤਰਭਕ ਪਈ ਪਰ ਕੁਝ ਨਾ ਬੋਲੀ ਨਿਮੀ ਜੇ ਤੈਨੂੰ ਡਰ ਲੱਗਦਾ ਤਾਂ ਡੈਡੀ ਹੋਰਾਂ ਨਾਲ ਮੈਂ ਗੱਲ ਕਰਨ ਦੀਪੇ ਨੇ ਉਹਨੂੰ ਚੁੱਪ ਦੇਖ ਕੇ ਹੋਰ ਸਵਾਲ ਧਾਗ ਦਿੱਤਾ ਨਹੀਂ ਨਹੀਂ ਅਜੇ ਨਹੀਂ ਸਮਾਉਣ ਤੇ ਮੈਂ ਆਪੇ ਹੀ ਗੱਲ ਕਰ ਲਵਾਂਗੀ ਤੁਸੀਂ ਡੈਡੀ ਹੋਰਾਂ ਨੂੰ ਕੁਝ ਨਾ ਕਹੋ ਪਲੀਜ਼ ਨਿੰਮੀ ਨੇ ਫਿਕਰਮੰਦ ਲਹਿਜੇ ਚ ਕਿਹਾ ਚਲ ਉਹ ਤਾਂ ਨਹੀਂ ਕਰਦਾ ਪਰ ਤੂੰ ਮੈਨੂੰ ਤੇ ਲਾਲੀ ਨੂੰ ਤਾਂ ਮਲਾਈ ਸਕਦੀ ਹੈ ਅਸੀਂ ਤਾਂ ਤੇਰੇ ਰਾਜਦਾਰ ਹਾਂ ਦੀਪੇ ਨੇ ਹੱਸਦੇ ਆ ਕਿਹਾ ਨਹੀਂ ਅਜੇ ਉਹਨੂੰ ਸਾਹਮਣੇ ਲਿਆਉਣ ਦਾ ਸਮਾਂ ਨਹੀਂ ਆਇਆ ਜਦੋਂ ਸਮਾਂ ਆਇਆ ਮੈਂ ਤੁਹਾਡੇ ਸਾਹਮਣੇ ਲਿਆ ਆਉਣਾ ਨਿੰਮੀ ਦੀ ਆਵਾਜ਼ ਵਿੱਚ ਹੁਣ ਥੋੜੀ ਖਿੱਚ ਝਲਕਣ ਲੱਗ ਪਈ ਸੀ ਚਲੋ ਰੱਬ ਕਰੇ ਉਹ ਸਮਾਂ ਛੇਤੀ ਆਵੇ ਤੁਹਾਡੇ ਬੁੱਢੇ ਹੋਣ ਤੋਂ ਪਹਿਲਾਂ ਤਾਂ ਜ਼ਰੂਰ ਆ ਜਾਵੇ ਦੀਪੇ ਨੇ ਠਾਕਾ ਮਾਰ ਦਿਆਂ ਕਿਆ ਨਿੰਮੀ ਕੁਛ ਨਾ ਬੋਲੀ ਉਹ ਮਨ ਅੰਦਰ ਸੋਚ ਰਹੀ ਸੀ ਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਨੇ ਉਹ ਤਾਂ ਸ਼ਾਇਦ ਉਹ ਸਮਾਂ ਕਦੀ ਆਵੇ ਹੀ ਨਾ ਜੈਲੇ ਨਾਲ ਉਹਦਾ ਫੇਰ ਹੁਣ ਉਹਦੇ ਜੀ ਦਾ ਜੰਜਾਲ ਜਿਹਾ ਬਣਦਾ ਜਾ ਰਿਹਾ ਸੀ ਪਹਿਲਾ ਵਿਆਹ ਉਹਦੀ ਛਤਰ ਪਰੇਟ ਤੇ ਹੁਣ ਦੀਪੇ ਦੇ ਘਰ ਜੈਲੇ ਦੀ ਜੋ ਭੰਡੀ ਹੋਈ ਸੀ ਉਹਨੇ ਨਿੰਮੀ ਦੇ ਹੌਸਲੇ ਬਿਲਕੁਲ ਹੀ ਪਸਤ ਕਰ ਦਿੱਤੇ ਸੀ ਹੁਣ ਤਾਂ ਬਸ ਪਛਤਾਵੇ ਦੇ ਸਮੁੰਦਰ ਚ ਗੋਤੇ ਖਾਂਦੀ ਫਿਰਦੀ ਸੀ ਨਿੰਮੀ ਨੂੰ ਜਲੰਧਰ ਛੱਡ ਕੇ ਦੀਪਕ ਘੰਟੇ ਕ ਵਿੱਚ ਹੀ ਘਰ ਪਰਤ ਆਇਆ ਤੇ ਲਾਲੀ ਨੇ ਆਉਂਦੀਆਂ ਇਹ ਸਵਾਲ ਕਰਦਾ ਕਿੱਧਰ ਰਹਿ ਗਏ ਸੀ ਜਨਾਬ ਵੱਡੀ ਸਾਲੀ ਨਾਲ ਬਹੁੰਦਾ ਹੀ ਜੀ ਲਾ ਲਿਆ ਲੈ ਇਹ ਉਹ ਤੇਥੋਂ ਵੱਡੀ ਐ ਮੇਰੇ ਤੋਂ ਥੋੜਾ ਦੀਪ ਨੇ ਹੱਸਦਿਆਂ ਕਿਹਾ ਅੱਛਾ ਜੀ ਫਿਰ ਹੋਰ ਘੰਟਾ ਲਾਉਂਦੇ ਲਾਲੀ ਨੇ ਮੂੰਹ ਬਣਾ ਕੇ ਕਿਹਾ ਘੰਟਾ ਕੀ ਲਾਉਣਾ ਯਾਰ ਉਹਦੀ ਬੱਸ ਨਿਕਲ ਗਈ ਸੀ ਮੈਂ ਉਹਨੂੰ ਕਾਲਜ ਡ੍ਰੌਪ ਕਰਨ ਚਲਾ ਗਿਆ ਮੈਂ ਬੜਾ ਮਿੱਠਾ ਪਿਆਰਾ ਬਣ ਕੇ ਉਹਨੂੰ ਪੁੱਛਿਆ ਵੀ ਦੱਸ ਦੇ ਤੇਰਾ ਬॉयਫ੍ਰੈਂਡ ਕੌਣ ਆ ਅਸੀਂ ਤੇਰੀ ਮਦਦ ਕਰਦੇਾਂਗੇ ਪਰ ਉਸ ਪਿਓ ਦੀ ਧੀ ਨੇ ਕੁਝ ਪੱਲੇ ਨਹੀਂ ਪਾਇਆ ਦੀਪੇ ਨੇ ਬੁੱਲਾਂ 'ਚ ਹੱਸਦੇ ਲਾਲੀ ਬਲ ਵੇਖਦਿਆਂ ਕਿਆ ਚਲੋ ਕੋਈ ਹੋਵੇ ਆਪਾਂ ਕੀ ਲੈਣਾ ਪੁੱਛ ਕੇ ਲਾਲੀ ਨੇ ਲਾਪਰਵਾਹੀ ਜਈ ਨਾਲ ਕਿਆ ਨਹੀਂ ਯਾਰ ਲਾਲੀ ਪਤਾ ਤਾਂ ਲੱਗੇ ਉਹ ਕਿਹੜਾ ਮਹਾਮੂਰਖ ਹੈ ਜਿਨੇ ਇੰਨੀ ਪੱਟ ਉਲੰਧ ਕਰਾਈ ਨਾਲੇ ਚੱਲ ਜੇ ਉਸ ਕੋਲ ਕੰਮਕਾਰ ਨਹੀਂ ਤਾਂ ਫੇਰ ਕੀ ਹੋਇਆ ਲੱਭ ਜਾਉ ਕੋਈ ਨਾ ਕੋਈ ਕੰਮ ਮਿਲਾਵੇ ਤਾਂ ਸਹੀ ਸ਼ਾਇਦ ਆਪਾਂ ਹੀ ਕੋਈ ਮਦਦ ਕਰ ਸਕੀ ਦੀਪ ਨੇ ਸਫਾਈ ਦਿੱਤੀ ਕਿਉਂ ਤੁਹਾਨੂੰ ਪਟੋਲਾਦ ਨਾਲ ਕੋਈ ਨੁਕਸਾਨ ਹੋ ਗਿਆ ਲੱਗਦਾ ਜਨਾਬ ਨੂੰ ਗੁੱਸਾ ਹੈ ਕਿ ਮਨਪਸੰਦ ਕੁੜੀ ਹੱਥੋਂ ਨਿਕਲ ਗਈ ਲਾਲੀ ਨੇ ਦੀਪੇ ਨੂੰ ਛੇੜਦਿਆਂ ਕਿਹਾ ਲੈ ਹੈ ਕਮਲੀ ਉਹ ਕੁੜੀਏ ਮੈਨੂੰ ਤਾਂ ਇਸ ਪਟੋਲਾਦ ਦਾ ਫਾਇਦਾ ਹੀ ਬਹੁਤ ਹੋਇਆ ਮੇਰੀਆਂ ਤਾਂ ਸਗੋਂ ਰੀਝਾਂਵਾਰ ਆ ਗਈਆਂ ਤੇਰਾ ਡੈਡੀ ਤਾਂ ਨੇ ਜੇ ਮਾਰਦਾ ਸੀ ਵੀ ਤੂੰ ਨਿੰਮੀ ਨੂੰ ਛੱਡ ਕੇ ਲਾਲੀ ਨੂੰ ਪਸੰਦ ਕਰ ਲਿਆ ਤੇ ਸਾਨੂੰ ਧਰਮ ਸੰਕਟ ਚ ਪਾ ਦਿੱਤਾ ਇਸ ਲਈ ਮੈਂ ਚਾਹੁੰਨਾ ਕਿ ਇਹਨਾਂ ਦਾ ਛੇਤੀ ਰਿਸ਼ਤਾ ਸਿਰੇ ਚੜੇ ਤੇ ਤੇਰੇ ਡੈਡੀ ਮੰਮੀ ਨੂੰ ਸਾਰਾ ਕੁਤਾ ਕਿੱਸਾ ਪਤਾ ਲੱਗੇ ਨਹੀਂ ਤਾਂ ਉਹਨਾਂ ਚਿਰੋਂ ਮੈਨੂੰ ਕਸੂਰਵਾਰ ਮੰਨ ਕੇ ਕੁਸੀ ਜਾਣਗੇ ਦੀਪੇ ਨੇ ਆਪਣੇ ਮਨ ਦੀ ਕਹੀ ਤੁਸੀਂ ਕਹੋ ਤਾਂ ਮੈਂ ਦੱਸ ਦਿਆਂ ਡੈਡੀ ਮੰਮੀ ਨੂੰ ਤੁਸੀਂ ਮੇਰਾ غرور ਹੋ ਮੈਨੂੰ ਇਹ ਚੰਗਾ ਨਹੀਂ ਲੱਗਦਾ ਕਿ ਡੈਡੀ ਹੋਣੀ ਤੁਹਾਡੇ ਬਾਰੇ ਕੁਝ ਵੀ ਮਾੜਾ ਸੋਚਣ ਲਾਲੀ ਇੱਕਦਮ ਸੰਜੀਦਾ ਹੋ ਗਈ ਨਹੀਂ ਯਾਰ ਰਹਿਣ ਦੇ ਇੱਕ ਦਿਨ ਤਾਂ ਸਾਹਮਣੇ ਆਈ ਜਾਣਾ ਸਾਰਾ ਕੁਝ ਐਵੇਂ ਆਪਾਂ ਕਾਹਨੂੰ ਬੁਰੇ ਬਣਨਾ ਇਹ ਕਹਿੰਦੇ ਆਂ ਦੀਪੇ ਨੇ ਲਾਲੀ ਨੂੰ ਵਰਜ ਦਿੱਤਾ ਇਸ ਤੋਂ ਘੰਟਾ ਕੁ ਬਾਅਦ ਲਾਲੀ ਦੇ ਮੰਮੀ ਡੈਡੀ ਵੀ ਚਲੇ ਗਏ ਅੱਜ ਕਰਨੈਲ ਸਿੰਘ ਨੇ ਦੀਪੇ ਨਾਲ ਗੇਲੇ ਦੀਆਂ ਗੱਲਾਂ ਛੇੜ ਲਈਆਂ ਉਹਨੂੰ ਰੰਜ ਸੀ ਕਿ ਗੇਲੇ ਨੇ ਵਿਆਹ ਤੇ ਤਾਂ ਕੀ ਆਉਣਾ ਸੀ ਫੋਨ ਕਰਕੇ ਵਿਆਹ ਦੀ ਵਧਾਈ ਵੀ ਨਾ ਦਿੱਤੀ ਦੀਪਾ ਕੁਝ ਸੋਚ ਕੇ ਕਹਿਣ ਲੱਗਿਆ ਪਾਪਾ ਜੀ ਗੇਲੇ ਭਾ ਨੂੰ ਪਿੱਛੇੋਂ ਭਾਬੀ ਵੱਲੋਂ ਆਰਡਰ ਨਹੀਂ ਮਿਲਿਆ ਹੋਣਾ ਗੱਲ ਕਰਨ ਦਾ ਨਾਲੇ ਉਹਨਾਂ ਨੂੰ ਫਿਕਰ ਹੋਣਾ ਹੈ ਕਿ ਕਿਤੇ ਵਿਆਹ ਦੇ ਪੱਜ ਨਾਲ ਦੀਪਾ ਆਪਣੇ ਪੈਸੇ ਇਹਨਾਂ ਮੰਗ ਲਵੇ ਧੰਨਵਾਦ ਚਲਦਾ